ਜਦੋਂ ਜਦੋਂ ਚੋਣਾਂ ਤੋਂ ਬਾਅਦ ਕਿਸਮਤ ਜਿਹੜੀ ਆ ਉਹ VOTING ਮਸ਼ੀਨਾਂ ਚ ਬੰਦ ਹੋ ਗਈ ਆ ਤਾਂ ਕੁਝ ਕੋ ਆਰਾਮ ਜਿਹੜਾ ਉਹਨਾਂ ਉਮੀਦਵਾਰਾਂ ਨੂੰ ਜਿਹੜੇ ਪਿਛਲੇ ਡੇਢ ਦੋ ਮਹੀਨਿਆਂ ਤੋਂ ਲਗਾਤਾਰ ਲੋਕਾਂ ਦੇ ਨਾਲ ਸੰਪਰਕ ਦੇ ਵਿੱਚ ਸਨ ਉਹਨਾਂ ਨੂੰ ਮਿਲਿਆ ਤਾਂ ਸਾਡੇ ਨਾਲ ਫਲੋੜਪੁਰ ਲੋਕ ਸਭਾ ਹਲਕੇ ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਜਗਦੀਪ ਸਿੰਘ ਕਾਕਾ ਬਰਾੜ ਨੇ ਇਹਨਾਂ ਨਾਲ ਗੱਲਬਾਤ ਕਰਦਿਆਂ ਸਰ ਸਾਬ ਪਹਿਲਾਂ ਤਾਂ ਸਵਾਗਤ ਆ ਔਰ ਕਿਵੇਂ ਦੇਖਦੇ ਹੈਗੇ ਹੋ ਕਿ ਉਹੋ ਜਿਹਾ ਰਿਹਾ ਇਹ ਡੇਢ ਮਹੀਨਾ ਜਿਹੜਾ ਪ੍ਰਚਾਰ ਦਾ ਅੱਜ ਕੀ ਮਹਿਸੂਸ ਕਰਦੇ ਹੈਗੇ ਸਭ ਤੋਂ ਪਹਿਲਾਂ ਤਾਂ ਮੈਂ ਪਾਰਟੀ ਦੇ ਹੈਡ ਅਰਵਿੰਦ ਕੇਂਦਰੀਵਾਲ ਸਾਹਿਬ ਦਾ ਸਾਡੇ ਹਰਮਨ ਪਿਆਰੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਦਾ ਤੇ ਸਾਰੀ ਆਮ ਆਦਮੀ ਪਾਰਟੀ ਦੀ ਲੀਡਰਸ਼ਿਪ ਦਾ ਜਿਨ੍ਹਾਂ ਨੇ ਮੈਨੂੰ ਟਿਕਟ ਦੇ ਕੇ ਚੋਣ ਮੈਦਾਨ ਦੇ ਵਿੱਚ ਉਤਾਰਿਆ ਉਹਨਾਂ ਦਾ ਕਰਨਾ ਚਾਹਣਾ ਤੇ ਨਾਲ ਹੀ ਮੈਂ ਧੰਨਵਾਦ ਕਰਨਾ ਚਾਹਣਾ ਸਾਰੇ ਫਰੋਇਪੁਰ ਹਲਕੇ ਦੇ ਐਮ ਐਲ ਏ ਸਾਹਿਬਾਨ ਦਾ ਜ਼ਿਲ੍ਹਾ ਪ੍ਰਧਾਨਾਂ ਦਾ ਦਰਜਾ-ਬਦਰਜਾ ਚੇਅਰਮੈਨ ਸਾਹਿਬਾਨ ਸਾਰਿਆਂ ਦਾ ਤੇ ਨਾਲ ਸਾਰੇ ਹੀ ਵਰਕਰ ਤੇ ਬਲਾਕ ਅੰਚਾਰ ਜਿਨ੍ਹਾਂ ਨੇ ਦਿਨ ਰਾਤ ਕਰਕੇ ਆਪਦੇ ਰਿਸ਼ਤੇਦਾਰ ਤੇ ਦੋਸਤ ਮਿੱਤਰਾਂ ਦਾ ਜਿਨ੍ਹਾਂ ਨੇ ਦਿਨ ਰਾਤ ਇਹ ਕਰਕੇ ਮੇਰੇ ਨਾਲ ਲਗਾਤਾਰ ਘਰ ਛੱਡ ਕੇ ਮਿਹਨਤ ਕੀਤੀ ਉਹਨਾਂ ਸਾਰੇ ਵਰਕਰਾਂ ਦਾ ਵੀ ਧੰਨਵਾਦ ਕਰਨਾ ਚਾਹੁੰਦਾ ਜਿਨ੍ਹਾਂ ਨੇ ਹਰ ਬੂਥ ਤੇ ਪਹਿਰਾ ਦੇ ਕੇ ਆਮ ਆਦਮੀ ਪਾਰਟੀ ਦਾ ਇਲੈਕਸ਼ਨ ਲੜਾਇਆ ਤੇ ਮੇਂਡਾ ਜਿਹੜਾ ਸਾਥ ਦਿੱਤਾ ਕਿਵੇਂ ਦਾ ਰਿਆ ਡੇ ਮਹੀਨਾ ਕਿੰਨੀਆਂ ਕੋ ਮੀਟਿੰਗਾਂ ਹੋ ਜਾਂਦੀਆਂ ਸੀ ਦਿਨ ਚ ਕਿਸ ਤਰ੍ਹਾਂ ਤੇ ਅੱਜ ਕੁਝ ਲੱਗਦਾ ਹੈਗਾ ਕੁਝ ਹੈ ਰੈਸਟ ਹੈ ਕੁਝ ਦਿਨ ਅੱਜ ਦਾ ਜਿਹੜਾ ਸ਼ੁਰੂਆਤ ਸਵੇਰ 5:30 ਵਜੇ ਉੱਠ ਕੇ ਤੇ ਸ਼ਾਮ ਦੇ 11:30 12 ਵਜੇ ਤੱਕ ਮੀਟਿੰਗਾਂ ਹੁੰਦੀਆਂ ਸੀ ਉਹ ਵਰਕਰ ਸਹਬਾਨ ਜਿਹੜੇ ਦਿਨ ਰਾਤ ਉਹਨਾਂ ਮੀਟਿੰਗਾਂ ਨੂੰ ਅਰੇਂਜ ਕਰਦੇ ਸੀ ਮੈਂ ਉਹਨਾਂ ਦਾ ਵੀ ਧੰਨਵਾਦੀ ਹਾਂ ਬਹੁਤ ਵਧੀਆ ਜਿਹੜਾ ਮਹੀਨਾ ਉਹਨਾਂ ਦੇ ਨਾਲ ਹੱਸ ਖੇਡ ਕੇ ਰਲ ਮਿਲ ਕੇ ਨਿਕਲਾ ਤੇ ਲੋਕਾਂ ਦਾ ਪਿਆਰ ਇਹਨਾਂ ਮਿਲਦਾ ਰਹਿ ਕੇ ਠਿਕੇਮਾ ਹੁੰਦਾ ਹੀ ਨਹੀਂ ਗਿਆ ਉਹ ਕੀ ਸਥਿਤੀ ਦੇਖਦੇ ਹੈਗੇ ਉਹ ਮੁਕਾਬਲਾ ਕਿਨਾਂ ਨਾ ਮੰਨਦੇ ਕਿਉਂਕਿ ਹੁਣ ਤਾਂ ਐਗਜ਼ਿਟ ਪੋਲ ਵੀ ਆ ਗਏ ਹੈਗੇ ਆ ਸਭ ਕੁਝ ਤਾਂ ਲੱਗਦਾ ਕਿ ਇਹ ਕੀ ਸਥਿਤੀ ਦੇਖਦੇ ਹੋ ਫਰੋਜਪੁਰ ਹਲਕੇ ਦੀ ਕੀ ਸਥਿਤੀ ਲੱਗਦੀ ਹੈ ਬਹੁਤ ਵਧੀਆ ਲੀਡ ਨਾਲ ਜਿੱਤਾਂਗੇ ਜੀ ਜਿਹੜਾ ਐਗਜ਼ਿਟ ਪੋਲ 4 ਤਰੀਕ ਨੂੰ ਲੋਕਾਂ ਦੇ ਜਿਹੜੇ ਗਰਾਊਂਡ ਲੈਵਲ ਤੇ ਟੈਕ ਪੋਲ 4 ਤਰੀਕ ਨੂੰ ਆ ਜਾਣਗੇ ਇਹ ਜਿਹੜੇ ਉਤਲੇ ਹਵਾਈ ਟੈਕ ਪੋਲ ਤਾਂ ਆਉਂਦੇ ਹੀ ਰਹਿੰਦੇ ਆ ਲੱਗਦਾ ਹੈਗਾ ਜਿਵੇਂ ਐਗਜ਼ਿਟ ਪੋਲ 'ਚ ਕਿਹਾ ਜਾ ਰਿਹਾ ਕਿ ਦੁਬਾਰਾ ਨਰਿੰਦਰ ਮੋਦੀ ਦੀ ਸਰਕਾਰ ਆ ਰਹੀ ਆ ਆਪ ਨੂੰ ਕੋਈ ਜ਼ਿਆਦਾ ਸੀਟਾਂ ਨਹੀਂ ਦਿੱਤੀਆਂ ਜਾ ਰਹੀਆਂ ਪੰਜਾਬ 'ਚੋਂ ਇਹ ਸਾਰੇ ਨੂੰ ਕਿਵੇਂ ਦੇਖਿਆ ਹੋਈ ਹੋਣਾ ਤੁਸੀਂ ਸਾਰਾ ਇਸ ਸਾਰੇ ਨੂੰ ਕਿਵੇਂ ਮੰਨਦੇ ਹੋ ਔਰ ਕੀ ਲੱਗਦੀ ਹੈ ਸਥਿਤੀ ਗਰਾਊਂਡ ਤੇ ਕੀ ਲੱਗਦੀ ਹੈ ਤੁਸੀਂ ਆਪ ਗਰਾਊਂਡ 'ਤੇ ਰਿਐਲਿਟੀ ਕੁਝ ਹੋਰ ਹੈ ਦਿਖਾਇਆ ਕੁਝ ਹੋਰ ਜਾ ਰਿਹਾ ਹੈ ਸ਼ਾਇਦ ਕਿਸੇ ਦਬ ਦਬਾ ਦੇ ਥੱਲੇ ਗੱਲਾਂ ਹੋ ਰਹੀਆਂ ਜਿਹੜੀ ਗੱਲ ਭਗਵੰਤ ਮਾਨ ਹੁੜੀ ਕਰਦੇ ਸੀਗੇ 13 0 ਵਾਲੀ ਐਗਜ਼ਿਟ ਪੋਲ ਦੇ ਵਿੱਚ ਕਿਹਾ ਜਾ ਰਿਹਾ ਕਿ ਦੋ ਸੀਟਾਂ ਜਿਹੜੀਆਂ ਪੰਜਾਬ ਦੀਆਂ ਜਾਂ ਤਿੰਨ ਇੱਥੇ ਜੇ ਖੜੇ ਨੇ ਐਗਜ਼ਿਟ ਪੋਲ ਆਪ ਲਈ ਉਸ ਨੂੰ ਕਿਵੇਂ ਮੰਨਦੇ ਹੋ ਤੁਹਾਨੂੰ ਕੀ ਲੱਗਦਾ ਹੈਗਾ ਮੈਨੂੰ ਅੱਜ ਵੀ ਲੱਗਦਾ ਹੈ ਕਿ ਮਾਨ ਸਾਹਿਬ ਨੇ ਜਿਹੜਾ ਵਾਅਦਾ ਕੀਤਾ ਸੀ 13 0 ਦਾ ਅਸੀਂ ਉਹ ਪੂਰਾ ਕਰਾਂਗੇ ਕਿ ਪੂਰਾ ਹੀ ਹੋਣ ਵਾਲਾ ਹੈ ਓਕੇ ਤਾਂ ਧੰਨਵਾਦ ਸੋ ਇਹ ਸਨ ਜਗਦੀਪ ਸਿੰਘ ਕਾਕਾ ਬਣਾਰ ਜਿਹੜੇ ਅੱਜ ਕੁਝ ਰਸਤੇ ਦੇ ਮੂਡ ਚ ਨੇ ਅਸੀਂ ਕਹਿ ਦਈਏ ਕਿਉਂਕਿ ਲਗਾਤਾਰ ਡੇਢ ਮਹੀਨਾ ਪ੍ਰਚਾਰ ਕੀਤਾ ਔਰ ਉਹਨਾਂ ਨੇ ਡਟਲੀ ਕਹਿਣਾ ਕਿ ਅਸਲ ਜਿਹੜੀ ਗੱਲ ਆ ਜਿਹੜੀ ਗਿਣਤੀ ਤੋਂ ਬਾਅਦ ਸਾਹਮਣੇ ਆਏਗੀ ਔਰ 13 0 ਦਾ ਉਹ ਗੱਲ ਜਿਹੜੀ ਮੁੱਖ ਮੰਤਰੀ ਨੇ ਕੀਤੀ ਸੀ ਐਨਾਂ ਅਨੁਸਾਰ ਉਹ ਪੂਰੀ ਹੋਏਗੀ న్యూਸ 80 ਲਈ ਕੁਲਦੀਪ ਸਿੰਘ ਰੇਣੀ ਸ੍ਰੀ ਮੁਕਸਰ ਸਾਹਿਬ